ਕਿਸੇ ਵਿਅਕਤੀ ਦੀ ਸੁਰੱਖਿਆ ਕਰਨ ਵਿੱਚ ਜਲੰਧਰ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ। ਅਜਿਹਾ ਮਾਮਲਾ ਜਲੰਧਰ ਦੇ ਬੱਸ ਅੱਡੇ ਤੋਂ ਸਾਹਮਣੇ ਆਇਆ ਹੈ। ਬੱਸ ਅੱਡੇ ਕੋਲ ਇੱਕ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਆਲ ਇੰਡੀਆ ਹਿਊਮਨ ਰਾਈਟਸ ਦੇ ਪ੍ਰਧਾਨ ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਹਿਊਮਨ ਰਾਈਟਸ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਤੇ ਉਹਨਾਂ ਦਾ ਬੇਟਾ ਸਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਲੰਧਰ ਦੇ DCP ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੁਆਰਾ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ। ਹਾਂਜੀ ਭਾਜੀ, ਕੀ ਗੱਲ ਕੀ ਹੋਈ? ਮੈਂ ਤਾਂ ਬਾਊ ਜੀ ਰੋਟੀ ਬਣਾਉਣ ਗਿਆ ਸੀਗਾ। ਅੱਛਾ ਜੀ। ਤੇ ਉਹ ਕੁੜੀ ਭਾਂਡੇ ਲੈਣ ਗਏ, ਸਾਡਾ ਬੰਦਾ ਗੰਨ ਮੈਨ ਦੇ ਗੰਨ ਖੋਲੇ ਤੇ ਉਹ ਕੁੜੀ ਦੇ ਗੰਨ ਹੋਰ ਕਿਤੇ ਗਨ ਮੈਨੂੰ ਪਿੱਛੋਂ ਫੜ ਲਿਆ, ਕਹਿੰਦੇ ਜੇ ਖੱਪ ਆਈ ਤੇ ਤਾਂ ਭੁੰਨ ਦਾਂਗੇ। ਉਹਦੀ ਪਿਸਤੌਲ ਖੋ ਕੇ ਕਾਰ ਚ ਅੰਦਰ ਵੱਢ ਟੁੱਕ ਕਰਕੇ ਪਿਸਤੌਲ ਉਹਦੀ ਕਾਰ ਥੱਲੇ ਸੁੱਟ ਗਏ। ਇੱਧਰ ਨੂੰ ਗਏ ਸਾਰੇ ਬੰਦੇ, ਦੋ ਇੱਧਰ ਨੂੰ ਗਏ। ਕੋਈ ਨਕਾਬ ਬੰਨੇ? ਕੋਈ ਨਕਾਬ ਨਹੀਂ ਬੰਨੇ, ਸਾਰੇ ਬੰਨਾ ਨਕਾਬ। ਦੁਕਾਨ 'ਚ ਉਸ ਵੇਲੇ ਕੌਣ ਕੌਣ ਸੀਗਾ? ਦੁਕਾਨ 'ਚ ਉੱਥੇ ਭਾਈ ਸਾਹਿਬ, ਉਹਨਾਂ ਦਾ ਬੇਟਾ। ਕਿਹੜੇ ਭਾਈ ਸਾਹਿਬ ਸੀ? ਸ਼ਸ਼ੀ ਭਾਈ। ਅੱਛਾ ਜੀ। ਉਹਨਾਂ ਦਾ ਬੇਟਾ ਸੰਨੀ। ਹਾਂਜੀ। ਬੇਟੇ ਦੇ ਵੀ ਲੱਗੇ? ਬੇਟੇ ਦੇ ਵੀ ਲੱਗੇ। ਕਿਹੜੇ ਗਨਮੈਨ ਸੀ? ਉਹਨਾਂ ਦੀ ਬੰਦੂਕ ਖੋਲੀ ਸੀ? ਉਹਨਾਂ ਬੰਦੂਕ ਖੋ ਕੇ ਕਾਰ ਥੱਲੇ ਸੁੱਟ ਗਏ। ਤੇ ਤੁਸੀਂ ਕੋਈ ਬੰਦੇ ਨੂੰ ਪਹਿਚਾਣਦੇ ਕਿਸੇ ਨੂੰ ਵਿੱਚੋਂ? ਨਹੀਂ ਨਹੀਂ ਭਾਈ, ਮੈਂ ਇੱਥੇ ਨਹੀਂ ਹੈਗਾ ਮੌਕੇ ਤੇ, ਇਹ ਮੁੰਡਾ ਹੀ ਮੌਕੇ ਤੇ। ਪਹਿਚਾਣ ਚ ਕੋਈ ਮੁੰਡਾ ਨਹੀਂ, ਸਾਰੇ ਤਕਰੀਬਨ ਤੀਰਨ ਰਿਵੋਲਵਰ ਆਪਣੀ ਨਾਲ ਲੈ ਕੇ ਗਨਮੈਨ ਦੀ ਪਿਸਤੌਲ ਸੁੱਟ ਕੇ ਥੱਲੇ ਰੱਖ ਕੇ। ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿੰਨੇ ਮੁੰਡੇ ਸੀਗੇ ਇੱਥੇ ਜਿਹੜੇ? ਭਾਜੀ 12-13 ਬੰਦੇ ਕਹਿ ਰਹੇ ਨੇ। ਸਾਰਿਆਂ ਨੇ ਹਮਲਾ ਕੀਤਾ? ਸਾਰਿਆਂ ਨੇ। ਕੋਈ ਫੜ ਵੀ ਹੋਇਆ ਕਿ ਸਾਰੇ? ਨਹੀਂ ਨਹੀਂ, ਕੋਈ ਫੜ ਨਹੀਂ ਭੱਜ ਗਏ ਸਾਰੇ, ਇੱਥੇ ਕੋਈ ਹੈ ਹੀ ਨਹੀਂ। ਜਿਹੜੇ ਹੈਗੇ ਸੀ ਉਹ ਫੱਟਰ ਹੋ ਗਏ। ਸੱਟਾਂ ਮੁੰਡਿਆਂ ਦੇ ਵੀ ਲੱਗੀਆਂ? ਸੱਟਾਂ ਮੁੰਡਿਆਂ ਦੇ ਵੀ ਲੱਗੀਆਂ। ਸ਼ਸ਼ੀ ਸੀਗੇ, ਉਹਦੇ ਦਫ਼ਤਰ ਆ ਕੇ ਕੋਈ 6-7 ਬੰਦੇ ਆਏ, ਉਹਨਾਂ ਨੇ ਆ ਕੇ ਉਹਨੂੰ ਕਾਫ਼ੀ ਜ਼ਿਆਦਾ ਉਹਨੂੰ ਇੰਜਰਡ ਕੀਤਾ ਵਾ। ਉਹਦੇ 'ਚ ਆਪਾਂ ਹੁਣ ਸ਼ਸ਼ੀ ਦੀ ਜਿਹੜੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ, ਉਹਨਾਂ ਨਾਲ ਕੋਸ਼ਿਸ਼ ਕੀਤੀ ਸੀ ਗੱਲ ਕਰਨ ਦੀ, ਅਤੇ ਇਹਦੇ 'ਚ ਆਪਾਂ ਸਟੇਟਮੈਂਟ ਰਿਕਾਰਡ ਕਰਕੇ ਅਤੇ ਆਪਾਂ FIR ਲੌਂਚ ਕਰਾਂਗੇ, ਕਰਕੇ ਆਪਾਂ ਇਹਨੂੰ ਜਲਦੀ ਹੀ ਜਿਹੜੇ ਬੰਦੇ ਲੱਗ ਕੇ ਪਹੁੰਚ ਕਰਦੇ। ਸਰ, ਕਿਹੜੇ ਗਨਮੈਨ ਸੀ ਉਹਨਾਂ ਦੇ ਦੀ ਬੰਦੂਕ ਖੋਈ ਗਈ? ਔਰ ਦੇਖੋ, ਗਨਮੈਨ ਨੂੰ ਵੀ, ਗਨਮੈਨ ਨੇ ਆਪਦੀ ਟਰਾਈ ਪੂਰੀ ਕੀਤੀ ਸੀਗੀ, ਉਹਨੇ ਆਪਦੀ ਡਿਊਟੀ ਪੂਰੀ ਨਿਭਾਈ ਹੈ, ਟਰਾਈ ਕੀਤੀ, ਲੇਕਿਨ ਉਹਨੂੰ ਪਿੱਛਿਓਂ ਓਵਰ ਪਾਵਰ ਕਰ ਲਿਆ ਗਿਆ। ਸੀਸੀਟੀਵੀ ਫੁਟੇਜ ਆਪਾਂ ਲੈ ਰਹੇ ਹਾਂ, ਉਹ ਆਪਾਂ ਡਿਵੈਲਪ ਕਰਕੇ ਤੇ ਫਿਰ ਉਹ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ। ਆਪਾਂ
ਕਾਫੀ ਭੀੜ ਭਰਿਆ ਇਲਾਕਾ ਹੈਗਾ, ਬੱਸ ਸਟੈਂਡ ਬਿਲਕੁਲ ਨਜ਼ਦੀਕਾ ਤੇ ਗੱਲ ਕਰੀਏ 500-600 ਮੀਟਰ ਦੇ ਉੱਤੇ ਪੁਲਿਸ ਆਉਂਦੀ ਹੈ, ਫਿਰ ਵੀ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ। ਦੇਖੋ ਇੰਸੀਡੈਂਟ ਹੋਇਆ ਲੇਕਿਨ ਇੰਸੀਡੈਂਟ ਆਪਾਂ ਇਹਨੂੰ ਟਰੇਸ ਕਰ ਲਾਂਗੇ, ਇੰਸੀਡੈਂਟ ਹੁੰਦੇ ਆ ਲੇਕਿਨ ਟਰੇਸ ਵੀ ਹੋ ਜਾਣ ਤੇ ਵਧੀਆ, ਆਪਾਂ ਇਹਨੂੰ ਟਰੇਸ ਕਰਾਂਗੇ। ਸਰ ਕੋਈ ਰੌਂਡ ਬੰਦੂਕ ਦੀ ਗੋਲੀਆਂ ਦੀ ਚੱਲੀਆਂ ਕੋਈ? ਦੇਖੋ ਕੋਈ ਫਾਇਰ ਆਰਮ ਨਹੀਂ ਯੂਜ਼ ਹੋਇਆ, ਫਾਇਰ ਆਰਮ ਸੀਗੇ ਉਹਨਾਂ ਕੋਲ, ਇਹ ਥੋੜ੍ਹਾ ਸੈਟਿੰਗ ਕਰਦਾ ਪੁੱਛਿਆ। ਜ਼ਖਮੀਆਂ ਦੀ ਇਸ ਟਾਈਮ ਹਾਲਤ ਕਿੱਥੇ? ਜ਼ਖਮੀ ਠੀਕ ਨੇ, ਉਹ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਗਲੋਬਲ ਹੋਸਪਿਟਲ 'ਚ, ਉੱਥੇ ਓਪਰੇਸ਼ਨ ਥੀਏਟਰ ਸੀ। ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਹੋਈ ਨਹੀਂ, ਉਹ ਜਿੱਦਾਂ ਵੀ ਗੱਲ ਹੁੰਦੀ ਹੈ ਆਪਾਂ ਉਹਨਾਂ ਦੇ ਅਕੋਰਡਿੰਗਲੀ ਸਟੇਟਮੈਂਟ ਰਿਕਾਰਡ ਕਰਕੇ ਅਤੇ FIR ਲਾਉਂਦੇ ਹਾਂ। ਕੋਈ ਬੰਦੇ ਦੀ ਪਛਾਣ? ਮੈਡਮ ਉਹਨਾਂ ਦੇ 12-13 ਇੰਜਰੀ ਹੈ ਉਹਨਾਂ ਦੇ, ਮਿਸਟਰ ਸ਼ਸ਼ੀ ਦੇ, ਬਾਕੀ ਉਹਦੇ ਬੇਟੇ ਦੇ ਵੀ ਇੰਜਰੀ ਹੈ, ਉਹਦੀ ਐਗਜੈਕਟ ਡਿਟੇਲ ਨਹੀਂ ਹੈ ਪਤਾ ਕਿੰਨੀਆਂ ਇੰਜਰੀ ਹੈ। ਆਪਣੇ ਹੀ ਮੁਲਾਜ਼ਮ ਵਿਟਨੈਸ ਹੋ, ਇਹਨਾਂ ਦਾ ਆਪਾਂ ਚੈੱਕ ਕਰਨਾ ਕੀ ਹੈ ਮੁੱਢਲੀ ਜਾਂਚ 'ਚ ਪਤਾ ਲੱਗੇ ਕਿ ਕੌਣ ਲੋਕ ਸੀ। ਦੇਖੋ ਅਜੇ ਤੱਕ ਕੋਈ ਪਤਾ ਨਹੀਂ ਲੱਗਾ, ਆਪਾਂ ਆਈਡੈਂਟੀਫਾਈ ਕਰਾਂਗੇ, ਆਪਾਂ ਪਹਿਲਾਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਾਂਗੇ, ਉਹਨਾਂ ਨੂੰ ਐਗਜ਼ਾਮਿਨ ਕਰਕੇ ਫਿਰ ਅੱਗੇ ਆਪਾਂ ਇਹਦਾ ਕਰਾਂਗੇ। ਗਨਮੈਨ ਨੂੰ ਤਾਂ ਨਹੀਂ ਕੋਈ ਬੱਚੇ? ਨਹੀਂ, ਗਨਮੈਨ ਨੂੰ ਨਹੀਂ। ਤੇ ਤੁਹਾਡੀ ਉਹਦੀ ਤਾਂ ਸਟੇਟਮੈਂਟ